ਦੇ ਸ਼ੇਅਰ ਤੇ ਮੈਂ 67,453 ਰੁਪਈਏ ਹਾਂਜੀ ਬਈਆ, 67,453 ਰੁਪਈਏ, ਇਹ ਬਈ ਤੁਹਾਡਾ ਇੱਕ ਦਿਨ ਦਾ ਪ੍ਰੋਫਿਟ ਹੈ। ਜਿਹੜੇ ਲੋਕ ਸ਼ੇਅਰ ਮਾਰਕੀਟ ਬਾਰੇ ਸਿਖਾ ਰਹੇ ਨੇ, 90% ਲੋਕ ਜਿਹੜੇ ਸਿਖਾਉਂਦੇ ਨੇ ਉਹ ਲੱਖਾਂ ਦੇ ਘਾਟੇ 'ਚ ਨੇ। ਉਹ ਖੁਦ ਇੱਕ ਦੋ ਕਿਤਾਬਾਂ ਪੜ੍ਹ ਕੇ ਤੇ 5-7 ਯੂਟਿਊਬ ਤੋਂ ਵੀਡੀਓਜ਼ ਵੇਖ ਕੇ ਉਹ ਸਿਖਾਉਣਾ ਸ਼ੁਰੂ ਕਰ ਦਿੰਦੇ ਆ। ਦੇਖੋ ਤੁੱਕਾ ਕਿਸੇ ਦਾ ਵੀ ਲੱਗ ਜਾਂਦਾ, ਤੁਸੀਂ ਅੱਖ ਬੰਦ ਕਰਕੇ ਵੀ 10 ਟ੍ਰੇਡਾਂ ਲੱਲੋਗੇ ਤੁਹਾਡੀਆਂ ਤਾਂ ਵੀ 5 ਪ੍ਰੋਫਿਟ 'ਚ ਚੱਲ ਜਾਣੀ ਆ। ਇਹ ਗੇਮ ਇਸ ਤਰ੍ਹਾਂ ਦੀ ਆ। ਆਹ ਜਿਹੜਾ ਇੱਕ ਘਰੇ ਬੈਠ ਕੇ ਪੈਸੇ ਕਮਾਉਣ ਵਾਲਾ ਕੰਮ ਹੈ, ਇਹ 'ਚ ਲੋਕਾਂ ਨੇ ਪੈਸਾ ਬਣਾਇਆ ਵੀ ਬਥੇਰਾ ਤੇ ਗਵਾਇਆ ਵੀ ਬਥੇਰਾ ਹੈਗਾ, ਕਿਉਂਕਿ ਇਹ 'ਚ ਗਵਾਉਣ ਦਾ ਤਰੀਕਾ ਕਿ ਲੋਕ ਬਿਨਾਂ ਸਮਝ ਤੋਂ ਇਹ ਕੰਮ ਕਰਦੇ ਨੇ। ਤੇ ਜਿਹੜਾ ਮੇਰੇ ਨਾਲ ਆਹ ਬੰਦਾ ਬੈਠਾ ਹੈਗਾ, ਇਹ ਕਹਿੰਦਾ ਵੀ ਮੈਂ ਕਿਸੇ ਦਾ ਪੈਸਾ ਗਵਾਉਣ ਨਹੀਂ ਦਿੰਦਾ ਹੈਗਾ, ਜਿਹੜਾ ਅੱਜ ਦੇ ਟਾਈਮ 'ਚ ਲੋਕ ਲੱਖਾਂ ਰੁਪਏ ਦੇ ਘਾਟੇ 'ਚ ਨੇ। ਆਹ ਸ਼ੇਅਰ ਮਾਰਕੀਟ ਬਾਰੇ ਤੁਸੀਂ ਸੁਣਿਆ ਹੋਊਗਾ, ਇਹਦੇ ਵਿੱਚ ਲੋਕ ਇੰਨੇ ਪੈਸੇ ਖਰਾਬ ਕਰਦੇ ਨੇ ਨਾ, ਲੋਕ ਡਿਪਰੈਸ਼ਨ 'ਚ ਜਾਂਦੇ ਨੇ, ਬਿਮਾਰ ਹੋ ਜਾਂਦੇ ਨੇ, ਲੋਕ ਮਰ ਵੀ ਜਾਂਦੇ ਨੇ, ਸੁਸਾਈਡ ਵੀ ਕਰ ਲੈਂਦੇ ਨੇ। ਪਰ ਜਿਹੜਾ ਮੇਰੇ ਨਾਲ ਇਹ ਇਨਸਾਨ ਬੈਠਾ, ਇਹ ਕਹਿੰਦਾ ਮੈਂ ਕਿਸੇ ਦਾ 1 ਰੁਪਈਆ ਵੀ ਨਹੀਂ ਡੁੱਬਣ ਦਿੰਦਾ। ਤੇ ਕਮਾਉਣ ਦਾ ਤਰੀਕਾ ਬਾਈ ਕੋਲ ਇੰਨਾ ਕੁ ਸੌਖਾ। ਬਾਈ ਦਾ ਨਾਮ ਆਸ਼ੀਸ਼ ਹੈ। ਬਾਈ ਨੇ ਇੱਕ ਗੱਲ ਮੈਨੂੰ ਇਹ ਦੱਸੀ ਹੈ, ਕਹਿੰਦਾ ਵੀ ਜਿਹੜੇ ਲੋਕ ਸ਼ੇਅਰ ਮਾਰਕੀਟ ਬਾਰੇ ਸਿਖਾ ਰਹੇ ਨੇ, 90% ਲੋਕ ਜਿਹੜੇ ਸਿਖਾਉਂਦੇ ਨੇ ਉਹ ਆਪ ਲੱਖਾਂ ਦੇ ਘਾਟੇ 'ਚ ਨੇ। ਮੈਂ ਸੁਣ ਕੇ ਇਹ ਗੱਲ ਹੈਰਾਨ ਰਹਿ ਗਿਆ, ਮਹਾਂ ਯਾਰ ਇਹਦਾ ਮਤਲਬ ਵੀ ਲੋਕ ਲੋਕਾਂ ਨੂੰ ਵੀ ਇੰਨਾ ਜ਼ਿਆਦਾ ਮਤਲਬ ਵੀ ਮੂਰਖ ਬਣਾ ਰਿਹਾ। ਤੇ ਬਾਈ ਮੈਨੂੰ ਇਹੀ ਗੱਲ ਦੱਸੋ ਵੀ ਇਹ ਕਿਉਂ ਹੋ ਰਹੀ ਹੈ ਚੀਜ਼ ਅੱਜ ਦੇ ਟਾਈਮ ਦੇ ਵਿੱਚ, ਲੋਕ ਜਿਹੜੇ ਵੀ ਸਿਖਾਉਂਦੇ ਨੇ ਉਹੀ ਘਾਟੇ 'ਚ ਕਿਉਂ ਜਾ ਰਹੇ ਨੇ, ਉਹਨਾਂ ਨੇ ਲੋਕਾਂ ਨੂੰ ਕੀ ਪੈਸਾ ਕਮਾਉਣਾ? ਉਹਦਾ ਰੀਜ਼ਨ ਦੇਖੋ ਇਹ ਆ ਕਿ ਅੱਜ ਕੱਲ ਹਰ ਕਿਸੇ ਦਾ ਧਿਆਨ ਹੋ ਗਿਆ ਜ਼ਿਆਦਾ ਸਿਖਾਉਣ ਤੇ, ਸਿਖਾਉਣ ਤੇ, ਠੀਕ ਹੈ। ਟ੍ਰੇਡਿੰਗ 'ਚ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਹੁੰਦਾ ਟ੍ਰੇਡਰ ਜਿਹੜਾ ਖੁਦ ਉਸ ਸਮੇਂ 'ਚੋਂ ਨਿਕਲਿਆ, ਜਿਹਨੇ ਟ੍ਰੇਡਿੰਗ ਸਿੱਖੀ, ਜਿਹਨੇ ਆਪਣੇ 5-7 ਸਾਲ ਲਾਏ, ਉਹ ਬੰਦਾ ਸਿਖਾ ਰਿਹਾ। ਠੀਕ ਹੈ। ਦੂਸਰੇ ਬੰਦੇ ਦੂਸਰੀ ਸਾਈਡ ਕੀ ਹੋ ਰਿਹਾ ਕਿ ਲੋਕ ਕਲਾਸਾਂ ਤੇ ਬਹੁਤ ਜ਼ਿਆਦਾ ਧਿਆਨ ਦੇ ਰਹੇ ਆ, ਕਿ ਜਦੋਂ ਕਿਸੇ ਨੂੰ ਪਤਾ ਲੱਗ ਜਾਏ ਕਿ ਮੈਨੂੰ ਇਹ ਚੀਜ਼ ਸਿਖਾਉਣ ਦਾ 20,000, 15,000, 30,000 ਰੁਪਇਆ ਕੋਈ ਦੇ ਸਕਦਾ, ਉਹ ਖੁਦ ਇੱਕ ਦੋ ਕਿਤਾਬਾਂ ਪੜ੍ਹ ਕੇ ਤੇ 5-7 ਯੂਟਿਊਬ ਤੋਂ ਵੀਡੀਓਜ਼ ਵੇਖ ਕੇ ਉਹ ਸਿਖਾਉਣਾ ਸ਼ੁਰੂ ਕਰ ਦਿੰਦੇ ਆ। ਤੇ ਸਿੱਖਣ ਵਾਲਾ ਵੀ ਇਹ ਸਵਾਲ ਨਹੀਂ ਕਦੀ ਕਰਦਾ ਕਿ ਤੁਸੀਂ ਆਪਣਾ ਦਿਖਾਓ, ਤੁਸੀਂ ਖੁਦ ਕਿੰਨਾ ਕਮਾ ਰਹੇ ਹੋ। ਠੀਕ ਹੈ, ਅੱਛਾ, ਇਹਦੇ ਵਿੱਚ ਪਤਾ ਲੱਗ ਜਾਂਦਾ ਵੀ ਬੰਦਾ ਕਿੰਨਾ ਕਮਾ ਰਿਹਾ ਇਹਦੇ ਪੈਸਾ? ਵਿੱਚ ਪਤਾ ਲੱਗ ਜਾਂਦਾ, ਇਹਦੇ 'ਚ ਤੁਹਾਡੀ ਸਟੇਟਮੈਂਟ ਸ਼ੋਅ ਹੋ ਜਾਂਦੀ ਹੈ ਕਿ ਤੁਸੀਂ ਅੱਜ ਦੇ ਦਿਨ, ਪਿਛਲੇ ਦਿਨ, ਪਿਛਲੇ ਹਫ਼ਤੇ ਜਾਂ ਪਿਛਲੇ ਮਹੀਨੇ ਜਾਂ ਪਿਛਲੇ ਸਾਲ ਤੁਸੀਂ ਕੀ ਕਮਾਇਆ। ਠੀਕ ਹੈ, ਅਸੀਂ ਇਸ ਵਕਤ ਅੰਮ੍ਰਿਤਸਰ ਦੇ ਵਿੱਚ ਬੈਠੇ ਹਾਂਗੇ, ਤੇ ਬਈ ਤੁਸੀਂ ਮਤਲਬ ਜੇ ਮੈਂ ਤੁਹਾਨੂੰ ਹੀ ਪੁੱਛਾਂ ਵੀ ਅੱਜ ਦਾ ਕੀ ਕਮਾਇਆ ਤੁਸੀਂ ਅੱਜ? ਮੇਰਾ ਅੱਜ ਦਾ ਪ੍ਰੋਫਿਟ ਹੋਊਗਾ ਲਗਭਗ 65,000 ਰੁਪਏ ਦਾ। 65,000 ਰੁਪਇਆ? ਜਿਵੇਂ ਬਈ ਲੋਕ ਕੀ ਪਤਾ ਵੀ ਝੂਠ ਬੋਲਦੇ ਨੇ, ਜਿਵੇਂ ਹੁਣ ਉਹ ਕਹਿੰਦੇ ਨੇ ਅਸੀਂ 2 ਲੱਖ ਰੁਪਇਆ ਕਮਾਇਆ, ਵੀ ਤੁਹਾਡਾ ਪਰੂਫ ਕੋਈ ਹੋਊ ਆਪਣੇ ਕੋਲ? ਪਰੂਫ ਹਾਂਜੀ, ਤੁਸੀਂ ਦੇਖ ਸਕਦੇ ਕਈ ਵਾਰ ਹੋ, ਵੀ ਜਿਵੇਂ ਤੁਸੀਂ ਖੁਦ ਇੱਥੇ ਆਏ ਹੋ ਤੇ ਤੁਸੀਂ ਹਾਂ ਇਹ ਫੋਨ 'ਚ ਦੇਖ ਸਕਦੇ ਹੋ ਸਾਰਾ ਕਿੰਨੇ ਲੱਗੇ, ਕਿੰਨੇ ਕਮਾਏ, ਕਿਹੜੇ ਕਿਹੜੇ ਸ਼ੇਅਰ ਤੇ ਲਾਏ। 67,453 ਰੁਪਈਏ ਹਾਂਜੀ ਬਈਆ, 67,453 ਰੁਪਈਏ, ਇਹ ਬਈ ਤੁਹਾਡਾ ਇੱਕ ਦਿਨ ਦਾ ਪ੍ਰੋਫਿਟ ਹੈ। ਜੇ ਮੈਨੂੰ ਜੈਨੂੰ ਦੱਸਾਂ ਤੇ ਇਹ ਟ੍ਰੇਡ ਮੈਂ 2 ਦਿਨ ਪਹਿਲੇ ਲਿੱਤੀਆਂ ਸੀਗੀਆਂ, ਠੀਕ ਤੇ ਹੈ, ਤੁਸੀਂ ਇਹਨੂੰ ਕਹਿ ਸਕਦੇ ਹੋ ਕਿ 2 ਤੋਂ 3 ਦਿਨ ਦਾ ਪ੍ਰੋਫਿਟ। 2 ਤੋਂ 3 ਦਿਨ ਦੇ ਵਿੱਚ ਬਾਈ ਨੇ 67,453 ਰੁਪਏ ਕਮਾਏ ਨੇ, ਹਨਾ? ਲੋਕੀ ਦੇਖੋ ਕਰਦੇ ਕੀ ਆ ਕਿ ਕਿਸੇ ਨੇ ਰੋਜ਼ ਟ੍ਰੇਡ ਕੀਤੀ, ਉਹ 10 ਦਿਨ ਉਹਨੇ ਲਗਾਤਾਰ ਟ੍ਰੇਡ ਕੀਤੀ, 8 ਦਿਨ ਚ ਉਹਨੇ 10 ਲੱਖ ਗਵਾਇਆ, 2 ਦਿਨ ਚ ਉਹਨੇ 50,000 ਕਮਾ ਲਿਆ। ਜਿਹੜਾ ਉਹਨੇ 50,000 ਕਮਾਇਆ ਉਹਨੇ ਉਹ 2 ਦਿਨ ਦਾ ਤੁਹਾਨੂੰ ਦਿਖਾ ਦੇਣਾ, ਪਿਛਲੇ 10 ਦਿਨ 8 ਦਿਨ ਚ ਉਹਨੇ ਕੀ ਕੀਤਾ ਨਹੀਂ ਦਿਖਾਇਆ। ਅੱਛਾ ਠੀਕ ਆ, ਐਂ ਬੇਵਕੂਫ ਬਣਾਉਂਦੇ ਨੇ ਐਂ ਬਣਾਉਂਦੇ ਆ ਕਿ ਜਿਵੇਂ ਤੁਸੀਂ ਦੇਖੋ ਤੁੱਕਾ ਕਿਸੇ ਦਾ ਵੀ ਲੱਗ ਜਾਂਦਾ, ਤੁਸੀਂ ਅੱਖ ਬੰਦ ਕਰਕੇ ਵੀ 10 ਟ੍ਰੇਡਾਂ ਲੱਲੋਗੇ ਤੁਹਾਡੀਆਂ ਤਾਂ ਵੀ 5 ਪ੍ਰੋਫਿਟ 'ਚ ਚੱਲ ਜਾਣੀ ਆ। ਇਹ ਗੇਮ ਇਸ ਤਰ੍ਹਾਂ ਦੀ ਆ। ਪਰ ਬੰਦਾ ਪਿਛਲੇ 5 ਮਹੀਨੇ 6 ਮਹੀਨੇ 'ਚ ਜੇ ਪੈਸਾ ਕਮਾ ਪਾ ਰਿਹਾ, ਇਹਦਾ ਮਤਲਬ ਕਿ ਉਹਨੂੰ ਕਮਾਉਣਾ ਆਉਂਦਾ। ਤੁੱਕਾ ਹਰ ਕਿਸੇ ਦਾ ਲੱਗਦਾ ਪਰ 6 ਮਹੀਨੇ ਤੱਕ ਨਹੀਂ ਲੱਗਦਾ। ਠੀਕ ਹੈ, ਵੀ ਦੇਖੋ 6 ਮਤਲਬ ਜਿਵੇਂ ਬਾਈ ਨੇ ਦੱਸਿਆ ਵੀ 6 ਮਹੀਨੇ ਤੱਕ ਤਾਂ ਕਿਸੇ ਦਾ ਤੁੱਕਾ ਲੱਗਦਾ ਨਹੀਂ ਹੈਗਾ, ਚੱਲ 1 ਵਾਰ ਲੱਗ ਜੂ, 2 ਵਾਰ ਲੱਗ ਜੂ, 2 ਵਾਰੀ 5 ਵਾਰੀ ਲੱਗ ਜਾਏਗਾ, 50 ਵਾਰੀ ਨਹੀਂ ਲੱਗਦਾ। ਠੀਕ ਹੈ, 1 ਕਰੋੜ ਰੁਪਇਆ ਵੀ ਬਣ ਜਾਂਦਾ 1 ਦਿਨ ਦਾ? ਹਾਂ, ਇਹਦੇ 'ਚ 1 ਦਿਨ ਦਾ ਤੁਸੀਂ ਕਰੋੜ ਬਣਾ ਸਕਦੇ ਹੋ, ਅੱਛਾ ਪਰ ਜੀ ਉਹ 1 ਕਰੋੜ ਬਣਾਉਣ ਲਈ ਪਹਿਲੇ ਤੁਹਾਡੇ ਕੋਲ 1 ਕਰੋੜ ਹੋਣਾ ਵੀ ਚਾਹੀਦਾ, ਹੋਣਾ ਚਾਹੀਦਾ। ਦੂਸਰਾ ਤੁਹਾਡੇ 'ਚ 30-40 ਲੱਖ ਦਾ ਰਿਸਕ ਲੈਣ ਦੀ ਪਾਵਰ ਵੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਹੀਂ ਵੀ ਲਾਇਆ ਤੇ ਕਰੋੜ ਬਣ ਗਿਆ, ਕਰੋੜ ਬਣਾਉਣ ਲਈ ਕਰੋੜ ਚਾਹੀਦਾ ਵੀ ਆ।
ਤੇ ਬਾਈ ਜੇ ਮੇਰੇ ਵਰਗਾ ਨੋਰਮਲ ਬੰਦੇ ਨੇ ਇਹ ਸਿੱਖਣਾ ਹੋਵੇ ਤੇ ਹਨਾ ਵੀ 10 ਰੁਪਈਏ ਕਮਾਉਣੇ ਹੋਣ ਵੀ ਮਹੀਨੇ ਦਾ ਵੀ 40-50 ਹਜ਼ਾਰ ਰੁਪਇਆ ਬਣੀ ਜਾ, ਬਸ ਬਹੁਤ ਆ, ਇੰਨਾ ਕੁ ਬਣ ਸਕਦਾ ਬੰਦੇ ਨੂੰ? ਆਰਾਮ ਨਾਲ ਬਣ ਸਕਦਾ ਕੋਈ ਬਾਹਲਾ ਨਕਸ਼ਾ, ਪੈਸੇ ਤਾਂ ਨਹੀਂ ਚਾਹੀਦੇ ਆਪਾਂ ਨੂੰ ਇਹਦੇ ਵਾਸਤੇ? ਇਹਦੇ ਲਈ ਵੇਖੋ ਦੋ ਚੀਜ਼ਾਂ ਹੁੰਦੀਆਂ, ਜੇ ਤੇ ਮੈਂ ਤੁਹਾਨੂੰ ਬਿਲਕੁਲ ਜੈਨੂਇਨ ਵੇ ਨਾ ਦੱਸਾਂ, ਜੇ ਉਹਦੇ 50 ਤੋਂ 60 ਹਜ਼ਾਰ ਰੁਪਇਆ ਵੀ ਬਣਾਉਣਾ ਚਾਹੁੰਦੇ ਹੋ ਤੇ ਐਟਲੀਸਟ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ 6 ਤੋਂ 7 ਲੱਖ ਹੋਣਾ ਚਾਹੀਦਾ। ਤੇ ਅੱਛਾ ਜੇ ਆਪਾਂ ਉਹੀ ਕੰਮ ਕਰਨਾ ਵੀ 50 ਹਜ਼ਾਰ ਲਾ ਕੇ 50 ਹਜ਼ਾਰ ਕਮਾ ਲਈਏ, ਅੱਜ 50 ਕਮਾ ਲੈਣਾ ਕੱਲ ਚਲ ਜਾਣਾ, ਤੇ ਜਿਹੜਾ 50 ਜੇਬ 'ਚ ਹੈ ਉਹ ਵੀ 50 ਚਲ ਜਾਣਾ। ਉਹ ਵੀ ਚੱਲ ਜੂਗਾ, ਫਿਰ ਬੰਦਾ ਮੁੜ ਕੇ ਪੈਸੇ ਨਹੀਂ ਲਾ ਸਕਦਾ ਤੇ ਬੰਦਾ ਬਿਲਕੁਲ, ਡਿਪਰੈਸ਼ਨ 'ਚ ਉਹ ਜਾਊਗਾ। ਤੁਸੀਂ ਡਬਲ ਤੇ ਕੋਈ ਵੀ ਕਰ ਲਊਗਾ, ਤੁਸੀਂ ਵੀ ਕਰ ਸਕਦੇ ਹੋ। ਠੀਕ ਹੈ, ਤੁਸੀਂ ਕੱਲ ਬਹਿ ਕੇ ਮੇਰੇ ਨਾਲ ਟ੍ਰੇਡ ਕਰੋ, ਮੈਂ ਡਬਲ ਕਰਾ ਦੂੰਗਾ, ਪਰ ਅੱਛਾ ਇੱਥੋਂ ਜਾ ਕੇ ਤੁਸੀਂ ਕੱਲ ਘਰ ਜਾਣਾ ਤੁਸੀਂ 0 ਕਰ ਲੈਣਾ, ਉਹ 0 ਕਰ, ਕਿਉਂਕਿ ਤੁਹਾਨੂੰ ਕੋਈ ਐਕਸਪੀਰੀਅੰਸ ਨਹੀਂ ਜਿਹੜਾ 4-5 ਸਾਲ ਦਾ ਚਾਹੀਦਾ। ਸਾਡੇ ਵੀ ਕਈ ਮਿੱਤਰ ਨੇ ਵੀ ਉਹ ਸ਼ੇਅਰ ਮਾਰਕੀਟ ਦਾ ਇੰਟਰਸਟ ਰੱਖਦੇ ਨੇ ਤੇ ਬਈ ਉਹਨਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਆ। ਠੀਕ ਹੈ, ਬਿਲਕੁਲ, ਤੁਸੀਂ ਉਹਨਾਂ ਹਾਂ ਨੂੰ ਭੇਜੋ, ਤੁਸੀਂ ਰਿਜ਼ਲਟ ਵੇਖੋ। ਮੈਂ ਆ ਨਹੀਂ ਹਾਂ ਕਹਿੰਦਾ ਕਿ ਤੁਸੀਂ 1 ਹਫ਼ਤੇ ਦਾ ਰਿਜ਼ਲਟ ਵੇਖੋ, ਤੁਸੀਂ ਉਹਨਾਂ ਨੂੰ ਲਗਾਤਾਰ 1 ਸਾਲ ਬਾਅਦ ਰਿਜ਼ਲਟ ਪੁੱਛਿਓ ਕਿ ਉਹ ਠੀਕ ਹੈ। ਲਗਾਤਾਰ 12 ਮਹੀਨੇ ਪੈਸਾ ਕਮਾ ਪਾਏ, ਉੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਬੰਦਾ ਸਿੱਖਿਆ ਕਿ ਨਹੀਂ ਸਿੱਖਿਆ। ਜੇ ਉਹ ਮਹੀਨੇ 'ਚ ਕਮਾ ਕੇ ਅਗਲੇ 4 ਮਹੀਨੇ 'ਚ ਸਾਰੇ ਗਵਾ ਗਿਆ, ਮਤਲਬ ਫਿਰ ਮੈਂ ਸਿਖਾ ਨਹੀਂ ਪਾਇਆ, ਮੈਂ ਗਲਤ ਹਾਂ, ਠੀਕ ਮੈਨੂੰ ਹੈ ਆਪ ਨੂੰ ਠੀਕ ਨਹੀਂ ਹੈ ਆਉਂਦਾ। ਠੀਕ ਹੈ, ਉਹ ਤੁੱਕਾ ਲਾਇਆ ਫਿਰ ਤੂੰ, ਤੁੱਕਾ ਲਾ ਗਿਆ, ਮੈਂ ਹਾਂ ਵੀ ਲਾਤਾ ਉਹਨਾਂ ਦਾ ਵੀ ਲੱਗ ਗਿਆ, ਪਰ ਠੀਕ ਹੈ। ਜੇ ਉਹ ਬੰਦਾ ਮੇਰੇ ਤੋਂ ਸਿੱਖਣ ਤੋਂ ਬਾਅਦ 12 ਮਹੀਨੇ ਲਗਾਤਾਰ ਪ੍ਰੋਫਿਟ 'ਚ ਰਹਿ ਪਾਇਆ, ਮਤਲਬ ਉਹ ਕੁਝ ਚੰਗਾ ਸਿੱਖ ਹੀ ਗਿਆ। ਜੇ ਤੁਸੀਂ ਸੱਚਮੁੱਚ ਹੀ ਸਿੱਖਣਾ ਸ਼ੇਅਰ ਮਾਰਕੀਟ ਬਾਰੇ ਵੀ ਕਿਵੇਂ ਪੈਸਾ ਬਣਦਾ, ਵੀ ਆਪਾਂ ਗਵਾਉਣਾ ਨਹੀਂ ਪੈਸਾ, ਇਹ ਬੰਦਾ ਉਹ ਚੀਜ਼ ਦੀ ਜ਼ਿੰਮੇਵਾਰੀ ਲੈਂਦਾ, ਤਾਂ ਜਿਹੜਾ ਹਾਂ ਨੰਬਰ ਚੱਲੀ ਜਾਂਦਾ ਇਹ ਤੇ ਇੱਕ ਵਾਰ ਮੇਰੇ ਕਹਿਣ ਤੇ ਕਾਲ ਕਰ ਲਓ। ਤੁਹਾਨੂੰ ਇੰਨੀ ਸ਼ੇਅਰ ਮਾਰਕੀਟ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਕੋਈ ਨਹੀਂ ਦੇ ਸਕਦਾ, ਇਹ ਚੀਜ਼ ਦੀ ਮੈਂ ਗਾਰੰਟੀ ਲੈਣਾਗਾ। ਤੇ ਜੇ ਕੋਈ ਅੰਮ੍ਰਿਤਸਰ ਨਹੀਂ ਆ ਸਕਦਾ ਤਾਂ ਘਰੇ ਬੈਠ ਕੇ ਸਿੱਖੋ ਬਾਈ, ਆਨਲਾਈਨ ਕਲਾਸਾਂ ਵੀ ਲਾਉਂਦਾ, ਠੀਕ ਹੈ, ਜਿਵੇਂ ਮਰਜ਼ੀ ਸਿੱਖੋ, ਬਸ ਆਹ ਨੰਬਰ ਤੇ ਇੱਕ ਵਾਰ ਕਾਲ ਕਰ ਲਓ। ਜੇ ਕੋਈ ਮੇਰੇ ਕੋਲ ਆ ਰਿਹਾ, ਮੈਂ ਕਹਿੰਦਾ 5 ਜਗ੍ਹਾ ਤੋਂ ਘੁੰਮ ਕੇ ਆ ਜੇ, ਤੇ ਜੇ ਉਹਨੂੰ ਇੱਥੇ ਆ ਕੇ ਲੱਗੇ ਕਿ ਮੈਂ ਫੀਸ ਜ਼ਿਆਦਾ ਲੈ ਰਿਹਾ ਤੇ ਮੈਂ ਉਹਨੂੰ ਫ੍ਰੀ ਵੀ ਪੜ੍ਹਾ ਸਕਦਾ। ਬਾਈ ਨੇ ਬਹੁਤ ਵੱਡੀ ਗੱਲ ਕਹੀ ਹੈ, ਕਹਿੰਦਾ ਜੇ ਕੋਈ ਇੰਨੀ ਫੀਸ ਤੇ ਕੋਈ ਚੰਗਾ ਸਿਖਾਉਂਦਾ ਹੋਵੇ ਮੈਂ ਸਾਰੀ ਫੀਸ ਵਾਪਸ ਕਰੂੰਗਾ, ਕਿਉਂਕਿ ਅੱਜ ਕੱਲ ਸਿੱਖਿਆ ਹਰੇਕ ਰਿਹਾ 5-5, 10-10 ਹਜ਼ਾਰ ਰੁਪਏ ਚ, ਕੋਈ ਵੱਡੀ ਹਰ ਗੱਲ ਕੋਈ ਨਹੀਂ, ਸਿਖਾ ਰਿਹਾ ਬਿਲਕੁਲ, ਕੀ ਪਤਾ ਕਿ ਉਹ ਗੱਲ ਸਹੀ ਹੈ, ਇਹ ਨਹੀਂ ਨਾ ਪਤਾ ਹੈਗਾ ਨਾ ਬਾਈ। ਬਿਲਕੁਲ ਹਾਂ, ਤੇ ਬਾਈ ਬਣ ਕੇ ਜੇ ਕਿਸੇ ਨੇ ਸਿੱਖਣਾ ਹੈਗਾ ਸ਼ੇਅਰ ਮਾਰਕੀਟ ਬਾਰੇ ਤਾਂ ਆਹ ਸਕਰੀਨ ਤੇ ਨੰਬਰ ਜਿਹੜਾ ਚੱਲ ਰਿਹਾ ਇਹ ਤੇ ਫੋਨ ਕਰੋ, ਠੀਕ ਹੈ। ਤੇ ਬਾਈ ਹੋਰਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈ ਬਾਈ, ਇੰਸਟਾਗ੍ਰਾਮ ਅਕਾਊਂਟ ਬੋਲ ਤੋ, ਉਹ ਤੇ ਬਾਈ ਅਪਡੇਟ ਦਿੰਦਾ ਰਹਿੰਦਾ ਜਿੰਨਾ ਵੀ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਹੈ, ਉਹ ਮੈਨੂੰ ਦੱਸ ਦਿਓ। ਇੰਸਟਾਗ੍ਰਾਮ ਅਕਾਊਂਟ ਤੁਸੀਂ ਕਰ ਸਕਦੇ ਹੋ ਫੋਲੋ, iDoStock ਦੇ ਨਾਮ ਤੋਂ ਅਕਾਊਂਟ ਹੈ। ਠੀਕ ਹੈ ਬਾਈ, ਤੇ ਮੈਂ ਸਕਰੀਨ ਤੇ ਚਲਾ ਵੀ ਦਿੱਤਾਗਾ। ਤੇ ਬਾਈ ਬਣ ਕੇ ਜਿਹੜਾ ਕੋਈ ਤੁਹਾਡਾ ਯਾਰ ਮਿੱਤਰ ਸ਼ੇਅਰ ਮਾਰਕੀਟ 'ਚ ਇੰਟਰਸਟ ਰੱਖਦਾ ਪੈਸੇ ਕਮਾਉਣ ਨੂੰ, ਤਾਂ ਇਹ ਵੀਡੀਓ ਦੇ ਤੱਕ ਸ਼ੇਅਰ ਕਰਿਓ, ਠੀਕ ਹੈ। ਇੰਨੀ ਕੁ ਮੇਰੀ ਤੁਹਾਨੂੰ ਬੇਨਤੀ ਹੈ। ਹਾਂਜੀ, ਧੰਨਵਾਦ।